ਰੋਡ ਜਾਮ ਤੋਂ ਬਿਨਾਂ ਜੀ ਕੋਈ ਗੱਲ ਨਹੀਂ ਸੁਣਦਾ। ਜੇ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਬੜੇ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪਰਵਾਹ ਨਹੀਂ ਕੀਤੀ ਜਾਂਦੀ ਹੈਗੀ, ਕਿਉਂਕਿ ਦੇਖੋ ਇੰਨੇ ਸਾਲ ਹੋ ਗਏ ਸਾਨੂੰ। ਮੈਂ 2007 ਦੇ ਵਿੱਚ ਜੁਆਇਨ ਕੀਤਾ, ਸਰ ਨੇ ਤੁਹਾਨੂੰ ਦੱਸਿਆ ਵੀ ਉਹਨਾਂ ਨੇ 2002 ਦੇ ਵਿੱਚ ਜੁਆਇਨ ਕੀਤਾ ਹੈਗਾ। ਉਸ ਟਾਈਮ ਜਦੋਂ 4500 ਰੁਪਇਆ ਕੇਵਲ ਇੱਕ ਗੈਸਟ ਫੈਕਲਟੀ ਲੈਕਚਰਾਰ ਨੂੰ ਸਿਰਫ 6 ਮਹੀਨੇ ਲਈ ਦਿੱਤਾ ਜਾਂਦਾ ਸੀ, ਉਸ ਟਾਈਮ ਬਹੁਤ ਲੋਕ ਆਏ ਪਰ ਉਹ ਇਸ ਕਾਲਜਾਂ ਦੀ ਹਾਲਾਤ ਦੇਖ ਕੇ ਕਾਲਜਾਂ ਨੂੰ ਛੱਡ ਕੇ ਚਲੇ ਗਏ। ਰੁਕੇ ਕੌਣ? ਜਿਨ੍ਹਾਂ ਨੂੰ ਪਤਾ ਸੀ ਕਿ ਵਿਦਿਆਰਥੀਆਂ ਦਾ ਭਵਿੱਖ ਬਿਲਕੁਲ ਖਤਮ ਹੋ ਜਾਏਗਾ। 2008 ਵਿੱਚ PPSC ਤੋਂ ਪੋਸਟਾਂ ਕੱਢੀਆਂ, ਅਸੀਂ ਉਹਦੇ ਵਿੱਚ ਅਪਲਾਈ ਕੀਤਾ, ਸਾਡਾ ਟੌਪ ਮੋਸਟ ਦੇ ਉੱਤੇ ਨੰਬਰ ਸੀਗਾ, ਉਹ ਵੀ ਖਤਮ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਇੰਨੇ ਸਾਲਾਂ 'ਚ ਇਹੀ ਨਹੀਂ ਪਤਾ ਲੱਗਿਆ ਵੀ ਰਵੀ ਸਿੱਧੂ ਦੀ ਸਟੇਅ ਲੱਗੀ ਹੋਈ ਹੈ ਜਾਂ ਨਹੀਂ ਲੱਗੀ ਹੋਈ ਹੈਗੀ। ਉਸ ਤੋਂ ਬਾਅਦ ਜਿਹੜੀਆਂ 2021 ਦੇ ਵਿੱਚ ਇਹਨਾਂ ਨੇ ਭਰਤੀਆਂ ਖੋਲੀਆਂ ਉਹਦੇ ਵਿੱਚ ਨੇ UGC ਦੇ ਅਤੇ PPSC ਦੇ ਸਾਰੇ ਨੋਰਮਸ ਨੂੰ ਖਤਮ ਕਰਤਾ। PPSC ਕਹਿੰਦੀ ਹੈ ਰਿਸਰਚ ਪੇਪਰ ਹੋਣਾ ਚਾਹੀਦਾ ਹੈ, PhD ਹੋਣੀ ਚਾਹੀਦੀ ਹੈ, ਉਹਦੇ ਮਾਰਕਸ ਲੱਗਦੇ ਨੇ, ਉਹਦੇ ਮਾਰਕਸ ਨੂੰ ਕੰਸਟੀਟਿਊਟ ਕਰਕੇ ਅਸੀਂ ਜਿਹੜਾ ਹੈਗਾ ਇੱਕ ਵਿਅਕਤੀ ਨੂੰ ਜੋਬ ਦੇ ਵਿੱਚ ਲੈ ਕੇ ਆਉਂਦੇ ਹਾਂ। ਚਲੋ ਕੋਈ ਗੱਲ ਨਹੀਂ, ਜੋ ਲੋਕ ਉਸ ਟਾਈਮ ਬੱਚੇ ਨਵੇਂ ਨਵੇਂ ਯੂਨੀਵਰਸਿਟੀ 'ਚੋਂ ਪੜ੍ਹ ਕੇ ਆਏ ਸੀਗੇ ਉਹਨਾਂ ਨੂੰ ਜਿਹੜਾ ਓਬਜੈਕਟਿਵ ਪੇਪਰ ਸੀਗਾ ਉਹ ਉਹਨਾਂ ਨੇ ਕਰ ਲਿਆ, ਉਹਨਾਂ ਨੂੰ ਨੌਕਰੀ 'ਤੇ ਲੈ ਕੇ ਆਉਣਾ ਸੀ, ਉਹਨਾਂ ਦਾ ਅਧਿਕਾਰ ਹੈ, ਕੋਈ ਗੱਲ ਨਹੀਂ। ਪਰ ਇਹ ਇੰਨੇ ਸਾਲ ਤੋਂ ਸਾਨੂੰ ਕਹਿੰਦੇ ਰਹੇ ਕਿ ਅਸੀਂ ਤੁਹਾਡੇ ਲਈ ਇੱਕ ਪਾਲਿਸੀ ਕ੍ਰੀਏਟ ਕੀਤੀ ਹੋਈ ਹੈ, ਤੁਸੀਂ ਇਹਨਾਂ ਨੂੰ ਆ ਲੈਣ ਦਿਓ, ਇਹਨਾਂ ਨੂੰ ਜੁਆਇਨ ਕਰ ਲੈਣ ਦਿਓ, ਅਸੀਂ ਪਾਲਿਸੀ ਕ੍ਰੀਏਟ ਕੀਤੀ ਹੈ। ਇੱਕ ਚਿੱਠੀ ਭੇਜੀ ਇਹਨਾਂ ਨੇ ਰਾਤ ਨੂੰ, ਮੈਂ ਖੁਦ ਇਸ ਗੇਟ ਦੇ ਕੋਲ, ਮੇਰੇ ਕੋਲ ਵੀਡੀਓ ਹੈ, ਜੇ ਕਿਸੇ ਨੂੰ ਚਾਹੀਦੀ ਹੋਈ ਮੈਂ ਦਊਂਗੀ। ਮੈਂ 3:15 'ਤੇ ਇਸ ਗੇਟ ਦੇ ਉੱਤੇ ਇੱਕ ਵੀਡੀਓ ਬਣਾਈ ਕਿ ਰਾਤ ਦਾ ਵਕਤ ਹੋ ਚੁੱਕਿਆ ਹੈ, ਜੋ ਜੁਆਇਨ ਕਰਨ ਆਏ ਸੀ ਉਹ ਅਜੇ ਤੱਕ ਜੁਆਇਨ ਨਹੀਂ ਕਰੇ ਹੈਗੇ, ਮੈਂ ਇੱਥੇ ਖੜੀ ਹਾਂ, ਉਹ ਉੱਥੇ ਖੜੇ ਸੀ, ਮੈਂ ਸਿਰਫ ਦੇਖਣਾ ਚਾਹੁੰਦੀ ਸੀ ਕਿ ਇਹਨਾਂ ਦੀ ਜੁਆਇਨਿੰਗ ਦਾ ਕੀ ਤਰੀਕਾ ਹੈ। ਮੈਡੀਕਲ ਪਤਾ ਨਹੀਂ ਕਿਹੜਾ ਅੱਧੀ ਰਾਤ ਨੂੰ ਹੋਇਆ, ਪੁਲਿਸ ਵੈਰੀਫਿਕੇਸ਼ਨ ਅੱਧੀ ਰਾਤ ਨੂੰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਹੋਈ, ਪਰ 3:14 ਤੱਕ ਉਹਨਾਂ ਨੇ ਜੁਆਇਨ ਨਹੀਂ ਕੀਤਾ। ਫਿਰ ਉਹ ਚਲੇ ਗਏ, ਅਸੀਂ ਚਲੇ ਗਏ, ਸਾਨੂੰ ਪਤਾ ਲੱਗਿਆ ਕਿ ਉਹਨਾਂ ਨੇ ਇਸ ਕਾਲਜ ਦੇ ਵਿੱਚ 4:30 ਜੁਆਇਨ ਕੀਤਾ। ਕੀ ਪ੍ਰੋਬਲਮ ਸੀ? ਜੇ ਤੁਸੀਂ ਜਾਇਰ ਸੀ, ਜੇ ਤੁਹਾਡੀ ਭਰਤੀ ਜਾਇਰ ਸੀ, ਤੁਸੀਂ ਅੱਧੀ ਰਾਤ ਨੂੰ ਕਿਉਂ ਜੁਆਇਨ ਕੀਤਾ? ਓਕੇ, ਅਸੀਂ ਇਹ ਵੀ ਮੰਨ ਲਈ ਵੀ ਸਰਕਾਰ ਦੀ ਕੋਈ ਮਜਬੂਰੀ ਹੋਣੀ ਹੈ, ਸਰਕਾਰ ਨੂੰ ਇਹ ਸਾਰਾ ਪਲਾਨ ਕਰਨ ਲਈ ਟਾਈਮ ਹੈ, ਗੈਸਟ ਫੈਕਲਟੀ ਲਈ ਇੱਕ ਪਾਲਿਸੀ ਬਣਾਉਣ ਲਈ ਟਾਈਮ ਨਹੀਂ ਹੈਗਾ, ਉਹ ਇੱਕ ਪਾਲਿਸੀ ਕ੍ਰੀਏਟ ਕਰਨਗੇ ਜੋ ਇੰਨੇ ਸਾਲਾਂ ਤੋਂ ਲੋਕ ਕੰਮ ਕਰ ਰਹੇ ਨੇ। ਅਸੀਂ ਉਹਨਾਂ ਨੂੰ, ਚਾਹੇ ਉਹ ਡਾਇੰਗ ਕੈਡਰ ਬਣਾਉਣ, ਚਾਹੇ ਉਹਦੇ ਪੈਰਲਲ ਕੋਈ ਹੋਰ ਪਾਲਿਸੀ ਬਣਾਉਣ, ਪਰ ਇਹਨਾਂ ਨੂੰ 58 ਦੀ ਏਜ ਤੱਕ ਇਸ ਜੋਬ ਦੇ ਵਿੱਚ ਸਿਕਿਓਰ ਕਰਨ, ਰਿਸਪੈਕਟੇਬਲ ਪੇ ਦੇਣ, ਔਰ ਰਿਸਪੈਕਟ ਜਿਹੜੀ ਹੈਗੀ ਹੈ ਸਾਡੀ ਇੰਨੀ ਸੀਨੀਓਰਿਟੀ ਇੰਨੀ ਸਾਲਾਂ ਦੀ, ਉਹ ਸਾਨੂੰ ਇਸ ਕਾਲਜ ਦੇ ਵਿੱਚ ਦਿੱਤੀ ਜਾਵੇ। ਨਹੀਂ, ਅੱਜ ਇਹੀ ਹੈ, ਕੱਲ੍ਹ ਕੁਛ ਹੋਰ ਹੋਏਗਾ, ਪਰਸੋਂ ਕੁਛ ਹੋਰ ਹੋਏਗਾ, ਅਸੀਂ ਇਸ ਸਰਕਾਰ ਦੀ ਭੰਡੀ ਪਿੰਡਾਂ 'ਚ ਵੀ ਜਾ ਕੇ ਕਰਾਂਗੇ, ਪੰਚਾਇਤਾਂ ਦੇ ਵਿੱਚ, ਅਤੇ ਜਿੱਥੇ ਜਿੱਥੇ ਇਲੈਕਸ਼ਨ ਹੁੰਦੀ ਉੱਥੇ ਵੀ ਜਾ ਕੇ ਕਰਾਂਗੇ। ਨਹੀਂ, ਇਹ ਅਸੀਂ ਸਿਰਫ ਬੱਚਿਆਂ ਨੂੰ ਆਪਣੀ ਪ੍ਰੋਬਲਮਸ ਦੱਸਣੀਆਂ ਸੀ, ਕਿਉਂਕਿ ਅੰਦਰ ਨਹੀਂ ਦੱਸੀਆਂ ਜਾ ਸਕਦੀਆਂ ਹੁੰਦੀਆਂ, ਅਸੀਂ ਉਹਨਾਂ ਨੂੰ ਲਾਇਆ ਸੀ, ਇਹ ਸਾਡਾ ਇੱਕ ਲਿਮਿਟਿਡ ਟਾਈਮ ਤੱਕ ਹੈ, ਇਸ ਤੋਂ ਬਾਅਦ ਜਿਹੜਾ ਹੈ ਅਸੀਂ ਆਪਣੇ ਨੁਮਾਇੰਦਿਆਂ ਨੂੰ, ਜਿਨ੍ਹਾਂ ਨੂੰ ਅਸੀਂ ਵੋਟ ਪਾਈ ਹੈ, ਉਹਨਾਂ ਨੂੰ ਜਾ ਕੇ ਆਪਣਾ ਮੰਗ ਪੱਤਰ ਦੇਵਾਂਗੇ। ਇੱਕੋ ਇੱਕ ਡਿਮਾਂਡ ਹੈ, ਵੀ ਵਾਂਟ ਟੂ ਮੀਟ ਦਾ CM। ਇਟ ਸ਼ੁੱਡ ਨਾਟ ਬੀ ਡੈਟ ਡਿਫੀਕਲਟ, ਇੰਨਾ ਮੁਸ਼ਕਿਲ ਵਾਲੀ ਕਿਹੜੀ ਗੱਲ ਹੈ, ਇੱਥੋਂ ਹੀ ਚੁਣੇ ਗਏ ਨੇ, ਸੰਗਰੂਰ ਦੇ ਹੀ ਨੇ, ਅਸੀਂ ਵੀ ਉਹਨਾਂ ਨੂੰ ਜਦੋਂ ਪਹਿਲਾਂ ਉਰੇ ਨਹੀਂ ਉਹ ਬਣੇ ਸੀਗੇ, ਕੁਛ ਜਾ ਕੇ ਅਸੀਂ ਉਹਨਾਂ ਨੂੰ ਕੋਠੀ ਵਿੱਚ ਇੰਨੀ ਵਾਰ ਮਿਲੇ, ਇੰਨੇ ਬੈਰੀਗੇਟਸ ਕਿਉਂ ਤਿਆਰ ਕਰ ਦਿੰਦੀ ਆ ਪ੍ਰੋਟੈਕਸ਼ਨ, ਇੰਨੀ ਪ੍ਰੋਟੈਕਸ਼ਨ ਕਿਉਂ ਦਿੰਦੇ ਨੇ ਵੀ ਸਾਨੂੰ ਉਹਨਾਂ ਨੂੰ ਮਿਲਣਾ ਮੁਸ਼ਕਿਲ ਹੈ। ਵੀ ਵਾਂਟ ਟੂ ਮੀਟ ਦਾ CM, ਕਿਉਂਕਿ ਸਾਨੂੰ ਇਹ ਲੱਗਦਾ ਵੀ ਜਦੋਂ ਸਾਡੀ ਗੱਲ ਸੁਣਨਗੇ, ਸਮਝਣਗੇ, ਤਾਂ ਉਹ ਸਾਡਾ ਹੱਲ ਕਰਕੇ ਦੇਣਗੇ। ਅਸੀਂ ਅੱਜ ਸਟੂਡੈਂਟਸ ਨੂੰ ਅਸੀਂ ਸ਼ਾਮਿਲ ਕੀਤਾ, ਅੱਗੇ ਲੋੜ ਪਊਗੀ ਅਸੀਂ ਇਹਨਾਂ ਨੂੰ ਸ਼ਾਮਿਲ ਕਰਾਂਗੇ। ਇਹਨਾਂ ਨਾਲ ਅਸੀਂ ਹਾਰਟ ਐਂਡ ਸੋਲ ਨਾਲ ਕੰਮ ਕੀਤਾ ਹੋਇਆ, ਸਾਨੂੰ ਇਹਨਾਂ ਨੂੰ ਕਹਿਣ ਦੀ ਵੀ ਲੋੜ ਨਹੀਂ ਹੈ, ਸਾਡੇ ਨਾਲ ਲੱਗਣਗੇ, ਇਹਨਾਂ ਨੂੰ ਸਾਡੀਆਂ ਪ੍ਰੋਬਲਮਸ ਬਹੁਤ ਚੰਗੀ ਤਰ੍ਹਾਂ ਪਤਾ। ਕਾਰਨ ਇਹਦਾ ਇਹ ਹੈ ਜੀ, ਕਿਉਂਕਿ ਜਿਹੜੇ ਗੌਰਮੈਂਟ ਕਾਲਜ ਨੇ ਪੰਜਾਬ 'ਚ, 64 ਗੌਰਮੈਂਟ ਕਾਲਜ ਨੇ ਇਹਨਾਂ ਪੰਜਾਬ ਦੇ ਵਿੱਚ ਇਸ ਵੇਲੇ, ਪੰਜਾਬ ਦੇ ਵਿੱਚ ਇਹਨਾਂ 64 ਗੌਰਮੈਂਟ ਕਾਲਜਾਂ ਦੇ ਵਿੱਚ 2002 ਅਤੇ 2003 ਤੋਂ ਲੈ ਕੇ ਲਗਾਤਾਰ ਗੈਸਟ ਫੈਕਲਟੀ ਅਧਿਆਪਕ ਲਗਾਤਾਰ ਇੱਥੇ ਪੜ੍ਹਾ ਰਹੇ ਹੈ। ਇਹ ਉਹ ਅਧਿਆਪਕ ਹੈ ਜਿਨ੍ਹਾਂ ਨੇ ਮਾੜੇ ਸਮਿਆਂ ਦੇ ਵਿੱਚ ਘੱਟ ਤਨਖਾਹਾਂ ਦੇ ਉੱਤੇ, ਪਰਿਵਾਰਕ ਸਮੱਸਿਆਵਾਂ ਦੇ ਬਾਵਜੂਦ
ਮਤਲਬ ਜਿਹੜਾ ਇਹਨਾਂ ਕਾਲਜਾਂ ਨੂੰ ਚਲਾਇਆ, ਇਹਨਾਂ ਕਾਲਜਾਂ ਨੂੰ ਜਿਉਂਦੇ ਰੱਖਿਆ। ਅੱਜ ਕੀ ਹੋਇਆ, ਆਹ ਚੰਨੀ ਦੀ ਸਰਕਾਰ ਵੇਲੇ 2021 ਦੇ ਵਿੱਚ 1158 ਦੀ ਇੱਕ ਭਰਤੀ ਆਈ, ਮਤਲਬ ਪ੍ਰੋਫੈਸਰਾਂ ਦੇ ਸਹਾਇਕ ਲਾਈਬ੍ਰੇਰੀਅਨਾਂ ਦੀ ਭਰਤੀ ਆਈ। ਉਹਦੇ ਵਿੱਚ ਕੀ ਹੋਇਆ ਕਿ ਸਰਕਾਰ ਨਵੀਂ ਭਰਤੀ ਕਰਨਾ ਚਾਹੁੰਦੀ ਹੈ, ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੈਗੀ ਨਵੀਂ ਭਰਤੀ ਤੋਂ। ਪ੍ਰੋਬਲਮ ਕੀ ਹੈ, ਪ੍ਰੋਬਲਮ ਇਹ ਹੈ ਕਿ ਜਿਹੜੇ ਜਿਨ੍ਹਾਂ ਨੇ ਪਹਿਲਾਂ ਤੋਂ ਕਾਲਜਾਂ ਨੂੰ ਸੰਵਾਰਿਆ, ਤਰਾਸ਼ਿਆ, ਇੱਥੋਂ ਤੱਕ ਲੈ ਕੇ ਆਏ ਨੇ ਜਿਹੜੇ ਕਾਲਜਾਂ ਨੂੰ ਜਿਉਂਦਾ ਰੱਖੇ ਜਿਨ੍ਹਾਂ ਨੇ, ਉਹਨਾਂ ਨੂੰ ਕੱਢ ਕੇ ਤੁਸੀਂ ਨਵਿਆਂ ਨੂੰ ਰੱਖੋਗੇ? ਇਹ ਤਾਂ ਕੋਈ ਤਰੀਕਾ ਨਹੀਂ ਬਣਦਾ। ਇਹ ਤਾਂ ਉਹੀ ਹੈ ਵੀ ਇੱਕ ਟੋਆ ਪੱਟ ਲਿਆ, ਇੱਕ ਭਰਤਾ। ਯਾਨੀ ਇਹ ਸਰਕਾਰ ਦੀ ਗੇਮ ਹੈ, ਇਹ ਅਸੀਂ ਗੇਮ ਨਹੀਂ ਚੱਲਣ ਦੇਵਾਂਗੇ ਸਰਕਾਰ ਦੀ। ਯਾਨੀ ਸਾਡੀ ਮੰਗ ਇਹ ਹੈ ਕਿ ਨਵੀਂ ਭਰਤੀ ਵੀ ਕਰੋ ਕੰਪਲੀਟ, ਪਰ ਜਿੰਨੇ ਸਾਡੇ ਪੁਰਾਣੇ ਪ੍ਰੋਫੈਸਰ ਹੈਗੇ ਆ, ਇੱਕ ਵਿਸ਼ੇਸ਼ ਪਾਲਿਸੀ ਬਣਾ ਕੇ ਦੇਖੋ। ਕੁਛ ਪ੍ਰੋਫੈਸਰ ਉਹ ਹੈ ਸਾਡੇ ਜਿਹੜੇ ਐਲੀਜੀਬਲ ਹੋ ਗਏ ਪਹਿਲਾਂ ਤੋਂ, ਜਿਨ੍ਹਾਂ ਨੇ ਮਤਲਬ ਜੋਬ 'ਚ ਆ ਕੇ ਬਾਅਦ 'ਚ ਐਲੀਜੀਬਲ ਹੋ ਗਏ, ਉਹਨਾਂ ਨੂੰ ਰੈਗੂਲਰ ਕਰੀ ਸਰਕਾਰ ਫੌਰੀ ਤੌਰ 'ਤੇ। ਅਤੇ ਜਿਹੜੇ ਨਹੀਂ ਵੀ ਬਣਦੇ, ਜਿਹੜੇ ਪਰਿਵਾਰਕ ਰੁਝੇਵਿਆਂ ਦੇ ਕਰਕੇ, ਜਿਹੜੇ ਓਵਰੇਜ ਹੋ ਗਏ, ਸਮੱਸਿਆਵਾਂ ਨੇ ਜਿਨ੍ਹਾਂ ਦੀਆਂ ਘਰੇਲੂ ਨਾ ਹੋ ਸਕੇ ਐਲੀਜੀਬਲ, ਉਹਨਾਂ ਵਾਸਤੇ ਵਿਸ਼ੇਸ਼ ਪਾਲਿਸੀ ਬਣਾ ਕੇ ਇੱਕ ਕਲੋਜ਼ ਸਰਕਾਰ ਬਣਾਵੇ, ਜਿਹਦੇ 'ਚ ਜਿਹੜਾ ਰੁਜ਼ਗਾਰ ਸੁਰੱਖਿਆ ਦੀ ਗਰੰਟੀ ਕਰੇ ਸਰਕਾਰ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੁਰਾਣੇ ਪ੍ਰੋਫੈਸਰ ਹੀ ਰਹਿਣ ਇੱਥੇ? ਬਿਲਕੁਲ, ਪੁਰਾਣੇ ਵੀ ਰਹਿਣ, ਨਵੇਂ ਵੀ ਆਉਣ, ਕਿਸੇ ਨੂੰ ਵੀ ਕਾਲ 'ਚੋਂ ਅਸੀਂ ਹਿੱਲਣ ਨਹੀਂ ਦੇਵਾਂਗੇ। ਅਸੀਂ ਯਾਨੀ ਪੰਜਾਬ ਸਟੂਡੈਂਟ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਅਸੀਂ ਇਹਨਾਂ ਪ੍ਰੋਫੈਸਰਾਂ ਦੇ ਨਾਲ ਗੱਡ ਕੇ ਖੜੇ ਹਾਂ। ਇਹ ਅਸੀਂ ਸਰਕਾਰ ਦੀਆਂ ਜਿਹੜੀਆਂ ਨਲਾਇਕੀਆਂ ਹੈਗੀਆਂ ਉਹਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹਾਂ। ਅਸੀਂ ਗੈਸਟ ਸਪੋਰਟਿੰਗ ਸਮੂਹ ਯੂਨੀਅਨ ਜਿਹੜਾ ਹੈਗਾ ਸਾਡਾ ਸਾਂਝਾ ਪੰਜਾਬ ਫਰੰਟ ਇੱਥੇ ਖੜਾ ਹੈਗਾ। ਮੈਂ ਤੁਹਾਨੂੰ ਇੱਕ ਜ਼ਿਕਰ ਕਰਨ ਜਾ ਰਿਹਾ ਕਿ ਮੈਂ ਪੰਜਾਬ ਦਾ ਸਭ ਤੋਂ ਪੁਰਾਣਾ ਗੈਸਟ ਸਪੋਰਟਿੰਗ ਲੈਕਚਰ ਆ ਰਹਾ, ਜਿਹੜਾ 2002 ਅੱਜ 2024 ਆ ਗਿਆ, ਪਿਛਲੇ 22 ਸਾਲ ਤੋਂ ਮੈਂ ਕੰਮ ਕਰਦਾ ਆ ਰਿਹਾ। ਅੱਜ ਸਾਨੂੰ ਸਰਕਾਰ ਨੇ ਪੱਕਾ ਤਾਂ ਕੀ ਕਹਿਣਾ ਸੀਗਾ, ਸਾਡੀ ਨੌਕਰੀ ਤਾਂ ਤਲਵਾਰ ਖੜੀ ਕਰਤੀ ਇਹ ਕਹਿ ਕੇ ਕਿ ਇਹ ਅਸੀਂ ਲੋਕ ਖਾਲੀ ਪੋਸਟਾਂ 'ਤੇ ਕੰਮ ਕਰ ਰਹੇ ਹਾਂ। ਇੱਕ ਪਿੱਛੇ 1158 ਦਾ ਫੈਸਲਾ ਆਇਆ ਮਾਨਯੋਗ ਹਾਈ ਕੋਰਟ ਦਾ, ਸਾਨੂੰ ਉਸ ਫੈਸਲੇ ਕੋਈ ਕਿੰਤੂ ਪਰੰਤੂ ਨਹੀਂ ਹੈ, ਅਸੀਂ ਸਿਰ ਝੁਕਾ ਕੇ ਇਸ ਫੈਸਲੇ ਨੂੰ ਮਨਜ਼ੂਰ ਕਰਦੇ ਹਾਂ। ਪਰ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਚਾਹੀਦਾ ਸੀਗਾ ਉਹ ਸਾਡੀਆਂ ਨੌਕਰੀਆਂ ਨੂੰ ਪੱਕਾ ਕਰਦੇ, ਸਾਡੇ ਵੱਲ ਖਿਆਲ ਕਰਦੇ। ਪਰ ਸਰਕਾਰ ਨੇ ਰਾਤ ਨੂੰ ਬੁਲਾ ਕੇ 2-2 ਵਜੇ ਬੰਦੇ ਰਿਲੀਵ ਕਰਨ ਦੀ ਕੋਸ਼ਿਸ਼ ਕੀਤੀ, ਬਾਕੀ ਬੰਦੇ ਜੁਆਇਨ ਕੀਤੇ। ਅੱਜ ਤੱਕ ਪੰਜਾਬ ਦੇ ਕਿਸੇ ਵੀ ਇਤਿਹਾਸ ਦੇ ਅੰਦਰ, ਭਾਵੇਂ ਕੋਈ PCA ਦਾ ਇਗਜ਼ਾਮ ਸੀਗਾ, ਭਾਵੇਂ ਕੋਈ IAS ਬਣਦਾ ਹੈਗਾ, ਰਾਤ ਦੇ 12 ਵਜੇ, ਰਾਤ ਦੇ 2 ਵਜੇ ਕੋਈ ਜੁਆਇਨਿੰਗ ਨਹੀਂ ਹੁੰਦੀ। ਅਗਰ ਸਰਕਾਰ ਪਾਕ ਸਾਫ਼ ਸੀਗੀ, ਉਸਨੇ ਐਸਾ ਮਾੜਾ ਕੰਮ ਕਿਉਂ ਕੀਤਾ? ਤਾਂ ਜਿਹੜੀ ਇਹ ਝੂਠੇ ਦੀ ਸਰਕਾਰ ਹੈਗੀ, ਜਿਸ ਨੂੰ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਕਿ ਜਦੋਂ ਪੰਜਾਬ ਸਰਕਾਰ ਆਪ ਪਾਰਟੀ ਪੰਜਾਬ 'ਚ ਸੱਤਾ 'ਚ ਆਏਗੀ, ਮੈਂ ਕੱਚਾ ਸ਼ਬਦ ਤੋਂ ਖਤਮ ਕਰ ਦੂੰਗਾ। ਇਹ ਕੱਚਾ ਸ਼ਬਦ ਖਤਮ ਨਹੀਂ ਕਰ ਰਹੇ, ਤਾਂ ਕੱਚੇ ਨੂੰ ਖਤਮ ਕਰਨ ਨੂੰ ਤੁਰੀ ਫਿਰਦੀ ਹੈ। ਸੋ ਜੋ ਸਾਡਾ ਸੰਘਰਸ਼ ਹੈਗਾ, ਅੱਜ ਅਸੀਂ ਸਾਰੇ ਪੰਜਾਬ ਦੇ ਕਾਲਜਾਂ ਦੇ ਵਿੱਚ ਸਰਕਾਰ ਦੇ ਨੀਤੀ ਦੇ ਖਿਲਾਫ਼ ਧਰਨੇ ਮਾਰੇ ਹੈਗੇ। ਸਾਡੀ ਇਹੀ ਮੰਗ ਹੈ, ਸਾਨੂੰ 1158 ਦਾ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਜੋ ਪੰਜਾਬ ਦੇ ਅੰਦਰ ਔਖੇ ਸਮੇਂ ਵਿੱਚ ਜੇਕਰ ਸਿੱਖਿਆ ਨੂੰ ਕਿਸੇ ਨੇ ਸਾਂਭਿਆ ਤਾਂ ਉਹ ਗੈਸਪਿਲਟੀ ਸੀਗੀ। ਤਾਂ ਸਾਡੇ ਹਿੱਤਾਂ ਦਾ ਖਿਆਲ ਕੀਤਾ ਜਾਵੇ, ਸਾਨੂੰ ਵੀ ਬਾਬਰ ਦਾ ਮੰਦਾ ਜੋ ਹੈਗਾ ਮਾਨ ਸਿੱਖਿਆ। ਕਿੰਨੀ ਦੇਰ ਚੱਲੂਗਾ ਇਹ? ਜਿੰਨਾ ਸਮਾਂ ਅੱਜ ਤਾਂ ਦੇਖੋ, ਅਸੀਂ ਸੰਕੇਤ ਧਰਨਾ ਮਾਰਿਆ ਸੀਗਾ, ਸਾਡਾ ਕੰਮ ਸੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣਾ। ਸਾਡੇ ਮਾਨ ਸਤਿਕਾਰ ਪੁਲਿਸ ਪ੍ਰਸ਼ਾਸਨ ਇੱਥੇ ਆਏਗਾ, ਸਾਡੇ ਮੈਡਮ ਸਾਹਿਬ ਇੱਥੇ ਆਏ ਨੇਗੇ, ਇਹ ਸਾਡੀ ਆਵਾਜ਼ ਬਣ ਕੇ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ। ਔਰ ਸਾਨੂੰ ਉਮੀਦ ਹੈ ਕਿ ਸਰਕਾਰ ਸਾਡੀਆਂ ਇਹ ਮੰਗਾਂ ਨੂੰ ਛੇਤੀ ਪ੍ਰਵਾਨ ਕਰੇਗੀ, ਇਸ 'ਤੇ ਗੌਰ ਕਰੇਗੀ। ਅਗਰ ਸਰਕਾਰ ਨਹੀਂ ਕਰਦੀ, ਅਸੀਂ ਆਪਣੀ ਰੂਪ ਰੇਖਾ ਅਸੀਂ ਨੀਅਰ ਅਬਾਊਟ 900